ਇੱਕ ਓਮਕਾਰ ਸਤਿਕਾਰਯੋਗ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ। ਖਾਲਸਾ ਜੀ, ਦਿੱਲੀ ਦੇ ਭੇਜੇ ਟੈਂਕਾਂ ਅਤੇ ਤੋਪਾਂ ਨਾਲ ਢਹਿ ਢੇਰੀ ਹੋਇਆ ਪਿਆ ਸ੍ਰੀ ਅਕਾਲ ਤਖ਼ਤ ਸਾਹਿਬ ਹੋਵੇ, ਹਜ਼ਾਰਾਂ ਨਿਰਦੋਸ਼ ਸ਼ਰਧਾਲੂਆਂ ਦੀਆਂ ਪਰਿਕਰਮਾ ਵਿੱਚ ਪਈਆਂ ਲਾਸ਼ਾਂ ਹੋਣ, ਦਿੱਲੀ ਦੀਆਂ ਗਲੀਆਂ ਵਿੱਚ ਕਾਂਗਰਸੀ ਹੁਕਮਰਾਨਾਂ ਵੱਲੋਂ ਨਿਰਵਸਤਰ ਕਰਕੇ ਭਜਾ ਭਜਾ ਕੇ ਮਾਰੀਆਂ ਸਿੱਖੀ ਦੀਆਂ ਧੀਆਂ ਭੈਣਾਂ ਹੋਣ, ਗਲਾਂ ਵਿੱਚ ਟਾਇਰ ਪਾ ਕੇ ਸਾੜੇ ਬਜ਼ੁਰਗ ਹੋਣ, ਕੋ ਕੋ ਕੇ ਮਾਰੇ ਗਏ ਬੱਚੇ ਹੋਣ, ਇਸ ਤੋਂ ਬਾਅਦ ਵੀ ਜੇਕਰ ਕਿਸੇ ਕੌਮ ਦੇ ਨੌਜਵਾਨ ਹਥਿਆਰ ਨਾ ਚੁੱਕਣ ਤਾਂ ਕੀ ਤੁਸੀਂ ਉਸ ਕੌਮ ਦੇ ਨੌਜਵਾਨਾਂ ਨੂੰ ਅਣਖੀ, ਦਲੇਰ, ਗੈਰਤਮੰਦ ਕਹਿਣਾ ਪਸੰਦ ਕਰੋਗੇ? ਖਾਲਸਾ ਜੀ, ਜਿਹੜੇ ਸਿੱਖ ਨੌਜਵਾਨ ਕੌਮ ਦੀ ਅਣਖ ਅਤੇ ਗੈਰਤ ਲਈ ਕੁਰਬਾਨ ਹੋ ਗਏ, ਹੱਸ ਹੱਸ ਕੇ ਸ਼ਹੀਦੀਆਂ ਪ੍ਰਾਪਤ ਕਰ ਗਏ, ਉਹਨਾਂ ਨੂੰ ਬਾਅਦ ਵਿੱਚ ਗੁੰਮਰਾਹ ਹੋਏ ਨੌਜਵਾਨ ਕਿਹਾ ਗਿਆ, ਅੱਤਵਾਦੀ ਕਿਹਾ ਗਿਆ। ਜਿਹੜੇ ਕੌਮੀ ਨੇਤਾਵਾਂ ਨੇ ਇਹਨਾਂ ਕਾਤਲਾਂ ਦੀ ਈਨ ਮੰਨ ਲਈ, ਜ਼ਾਲਮ ਅੱਗੇ ਝੁੱਕ ਗਏ, ਉਹਨਾਂ ਨੂੰ ਫਕਰੇ ਕੌਮ ਅਵਾਰਡ ਦਿੱਤੇ ਗਏ। ਇਹ ਹੁਣ ਖਾਲਸੇ ਦੇ ਸੋਚਣ ਅਤੇ ਸਮਝਣ ਦੀ ਵਾਰੀ ਹੈ ਕਿ ਕੌਮ ਤੋਂ ਧਰਮ ਤੋਂ ਕੁਰਬਾਨ ਹੋ ਜਾਣ ਵਾਲੇ ਨੌਜਵਾਨ ਕੌਮ ਦਾ ਫਕਰ ਹਨ ਜਾਂ ਕਾਤਲਾਂ ਦੀ ਈਨ ਮੰਨ ਲੈਣ ਵਾਲੇ। ਖਾਲਸਾ ਜੀ, ਮੇਰਾ ਕਿਸੇ ਹਿੰਦੁਸਤਾਨੀ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਅੱਗੇ ਕੋਈ ਬੇਨਤੀ ਜਾਂ ਰਹਿਮ ਮੰਗਣ ਦਾ ਕੋਈ ਇਰਾਦਾ ਨਹੀਂ ਹੈ। ਮੈਂ 31 ਮਾਰਚ ਨੂੰ ਦੁਸ਼ਮਣਾਂ ਦੇ ਸੁਨੇਹੇ ਦਾ ਇੰਤਜ਼ਾਰ ਕਰਾਂਗਾ। ਅਗਰ ਮੈਂ ਆਪਣੇ ਸ਼ਹੀਦ ਹੋਏ ਵੀਰਾਂ ਦੇ ਟੋਲੇ ਵਿੱਚ ਸ਼ਾਮਲ ਹੋ ਸਕਿਆ ਤਾਂ ਮੈਂ ਸਮਝਾਂਗਾ ਕਿ ਮੇਰਾ ਇਹ ਜੀਵਨ ਸਫਲ ਰਿਹਾ। ਜਦੋਂ ਮੇਰੀ ਵਾਰੀ ਆਏਗੀ ਨਜ਼ਾਰਾ ਵੱਖਰਾ ਹੋਏਗਾ, ਵਰਤਾਰਾ ਵੱਖਰਾ ਹੋਏਗਾ। ਜਦੋਂ ਮੇਰੀ ਵਾਰੀ ਆਏਗੀ ਨਜ਼ਾਰਾ ਵੱਖਰਾ ਹੋਏਗਾ, ਵਰਤਾਰਾ ਵੱਖਰਾ। ਅਸੀਂ ਸ਼ਹਾਦਤ ਦੇ ਕੇ ਇਸ ਧਰਤੀ ਦਾ ਮਾਣ ਵਧਾਵਾਂਗੇ, ਕੌਮ ਦਾ ਮਾਣ ਵਧਾਵਾਂਗੇ।